ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬੰਦ ਕਰਨ ਦੇ ਫੈਸਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਮਹਾਮਾਰੀ ਐਲਾਨਿਆ ਗਿਆ ਹੈ ਅਤੇ ਇਸ ਦੇ ਚਲਦਿਆਂ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬੰਦ ਕਰਨਾ ਕੋਈ ਗਲਤ ਫੈਸਲਾ ਨਹੀਂ ਹੈ। ਮੇਰੇ ਖਿਆਲ ਕਿਉਂਕਿ ਇਹ ਇੱਕ ਭਿਆਨਕ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਵਾਇਰਸ, ਔਰ ਵਿਸ਼ਵ ਸਿਹਤ ਸੰਸਥਾ ਨੇ ਵੀ ਇਹਨੂੰ ਮਹਾਂਮਾਰੀ ਡਿਕਲੇਅਰ ਕਰ ਦਿੱਤਾ ਹੈ। ਸਾਰੇ ਮੁਲਕਾਂ ਨੇ ਜਿਹੜਾ ਹੈ ਪਾਬੰਦੀਆਂ ਆਇਤ ਕਰ ਦਿੱਤੀਆਂ ਨੇ। ਭਾਰਤ ਸਰਕਾਰ ਵੱਲੋਂ ਵੀ ਕੱਲ੍ਹ ਅਟਾਰੀ ਜਿਹੜਾ ਹੈਗਾ ਬਾਰਡਰ ਸੀਲ ਕੀਤਾ ਹੈਗਾ ਅਤੇ ਬਾਕੀ ਮੁਲਕਾਂ ਦੇ ਵੀ ਕੀਤੇ ਹੈ, ਅਤੇ ਇਹਤਿਆਤ ਵਜੋਂ ਮਾੜੀ ਗੱਲ ਨਹੀਂ ਹੈ ਕੋਈ, ਕਿਉਂਕਿ ਜੀਵਨ ਬੜਾ ਜ਼ਰੂਰੀ ਹੈ। ਅਤੇ ਵਾਹਿਗੁਰੂ ਅੱਗੇ ਅਰਦਾਸ ਹੈ ਸੱਚੇ ਪਾਤਸ਼ਾਹ ਜਲਦੀ ਇਸ ਵਾਇਰਸ ਤੋਂ ਸਮੁੱਚੀ ਮਨੁੱਖਤਾ ਨੂੰ ਨਜ਼ਾਤ ਦਵਾਏ। ਸੰਗਤਾਂ ਨੂੰ ਕਿਸ ਤਰ੍ਹਾਂ ਅਪੀਲ ਕਰੋਗੇ ਵੀ ਜਿਵੇਂ ਹੱਥ ਮਿਲਾਉਂਦੇ ਆ ਫਤਿਹ ਬੁਲਾਉਣ ਜਾਂ ਇਸ ਤਰ੍ਹਾਂ ਲੱਗਦਾ ਵੀ? ਬਸ ਇਹੀ ਹੈ ਕਿ ਹੱਥ ਮਿਲਾਉਣ ਤੋਂ ਗੁਰੇਜ਼ ਕੀਤਾ ਜਾਵੇ, ਫਤਿਹ ਬੁਲਾਈ ਜਾਵੇ, ਹੱਥਾਂ ਨੂੰ ਸਾਫ਼ ਸੁਥਰਾ ਰੱਖਿਆ ਜਾਵੇ, ਡਿਸਟੈਂਸ ਜਿਹੜਾ ਹੈਗਾ ਉਹ ਰੱਖਿਆ ਜਾਵੇ, ਅਤੇ ਜੇ ਕਿਸੇ ਨੂੰ ਕੋਈ ਥੋੜ੍ਹੀ ਬਹੁਤ ਤਕਲੀਫ ਹੁੰਦੀ ਹੈ ਤਾਂ ਉਹ ਫੌਰਨ ਜਿਹੜਾ ਹੈਗਾ ਜੋ ਸਾਡੇ ਡਾਕਟਰ ਨੇ ਉਹਨਾਂ ਨਾਲ ਸੰਪਰਕ ਕਰੇ, ਜੋ ਵੀ ਸਰਕਾਰ ਜਿਹੜੀ ਹੈ ਜਾਂ ਸਰਕਾਰ ਦੇ ਡਾਕਟਰ ਜਿਹੜੇ ਹੈ ਉਹ ਐਡਵਾਈਜ਼ਰੀ ਜਾਰੀ ਕਰ ਰਹੇ ਹੈ ਅਤੇ ਉਹਦੇ ਮੁਤਾਬਕ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਜੀ।